ਅਕਾਲ ਜੀ, ਹਰਜਿੰਦਰ ਵਾਲੀਆ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ, ਤੁਸੀਂ ਕਦੇ ਹਰਿਮੰਦਰ ਸਾਹਿਬ ਦੇ ਵਿੱਚ ਦਰਬਾਰ ਸਾਹਿਬ ਦੇ ਸਾਹਮਣੇ ਪ੍ਰਕਰਮਾ ਦੇ ਵਿੱਚ ਯੋਗਾ ਹੁੰਦਾ ਦੇਖਿਆ, ਸੀਸ ਆਸਣ ਹੁੰਦਾ ਦੇਖਿਆ? ਜੇ ਨਹੀਂ ਦੇਖਿਆ ਤਾਂ ਤੁਸੀਂ ਸੋਸ਼ਲ ਮੀਡੀਆ 'ਤੇ ਜਾ ਕੇ ਅਰਚਨਾ ਮਕਵਾਨਾ ਦੇ ਚੈਨਲ 'ਤੇ ਦੇਖ ਸਕਦੇ ਹੋ। ਇਹ ਕੁੜੀ ਨੇ, ਇਹ ਜਿਹੜੀ ਮੀਡੀਆ ਇਨਫਲੂਐਂਸਰ ਹੈ, ਇਸ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਵਾਲੇ ਦਿਨ, ਜੋ 21 ਜੂਨ ਨੂੰ ਹੁੰਦਾ, ਹਰਿਮੰਦਰ ਸਾਹਿਬ ਗਈ, ਵੀਡੀਓ ਬਣਾਈ, ਪ੍ਰਕਰਮਾ 'ਚ ਯੋਗਾ ਕੀਤਾ, ਸੀਸ ਆਸਣ ਤੱਕ ਕੀਤਾ ਪਿੱਠ ਕਰਕੇ, ਅਤੇ ਉਸ ਤੋਂ ਬਾਅਦ ਇਸ ਨੇ ਵੀਡੀਓ ਪਾਈ, ਲਿਖਿਆ, ਥੈਂਕ ਯੂ ਵਾਹਿਗੁਰੂ ਜੀ ਫੋਰ ਦਿਸ ਡਿਵਾਈਨ ਬਲੈਸਿੰਗ and helping me in spreading the power of yoga from your place to the world. I bow my head in deep gratitude. ਇਹ ਉਸਨੇ ਲਿਖਿਆ ਉੱਥੇ ਆਪਦੀ ਪੋਸਟ 'ਤੇ। ਹੁਣ ਇਹਦੇ ਨਾਲ ਕੀ ਹੋਇਆ, ਕੀ ਰਿਐਕਸ਼ਨ ਹੋਇਆ, ਸਿੱਖਾਂ 'ਚ ਕੀ ਰਿਐਕਸ਼ਨ ਹੋਇਆ, SGPC ਨੇ ਕੀ ਕਿਹਾ, SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕੀ ਕਿਹਾ, ਅਤੇ ਜਿਹੜੇ ਸੇਵਾਦਾਰ ਡਿਊਟੀ 'ਤੇ ਸੀ ਪ੍ਰਕਰਮਾ 'ਤੇ, ਉਹ ਕਿੱਥੇ ਸੀ? ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਬਾਰੇ ਆਪਾਂ ਡਿਸਕਸ ਕਰਨਾ ਇਸ ਵੀਡੀਓ ਦੇ ਵਿੱਚ। ਅਤੇ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ, ਕਿ ਜਿਨ੍ਹਾਂ ਦੋਸਤਾਂ ਨੇ, ਜਿਨ੍ਹਾਂ ਸਭ ਲੋਕਾਂ ਨੇ, ਦਰਸ਼ਕਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ, ਹੁਣ ਆ ਜਾਓ। ਪਹਿਲੀ ਤਾਂ ਗੱਲ ਇਹ ਹੈ ਕਿ ਇੱਕ ਅਰਚਨਾ ਉਦੋਂ ਦੀ ਕੁੜੀ ਹੈ, ਅਰਚਨਾ ਮਕਵਾਨਾ, ਉਸਦਾ ਇੱਕ ਆਪਦਾ ਚੈਨਲ ਚੱਲਦਾ, ਮਤਲਬ ਯੂਟਿਊਬਰ ਹੈ ਇਹ, ਕਹਿ ਲਈਏ। ਉਸਨੇ ਇਹ ਕਾਰਾ ਕੀਤਾ। ਦੇਖੋ, ਕਾਰਾ ਮੈਂ ਇਸ ਕਰਕੇ ਕਹਿਣਾ, ਮੈਂ ਯੋਗਾ ਦੇ ਖਿਲਾਫ ਨਹੀਂ, ਪਰ ਮੈਂ ਸਮਝਦਾ ਹਰ ਧਰਮ ਦੀ ਇੱਕ ਮਾਨ ਮਰਿਆਦਾ ਹੁੰਦੀ। ਪ੍ਰਕਰਮਾ ਦੇ ਵਿੱਚ ਜਿਸ ਤਰੀਕੇ ਨਾਲ ਯੋਗਾ ਕੁੜੀ ਕਰ ਰਹੀ ਹੈ, ਜਿਸ ਤਰ੍ਹਾਂ ਉਹ ਬੈਠੀ ਹੈ, ਵੱਖ ਵੱਖ ਪ੍ਰਾਣਾਯਾਮ ਕਰ ਰਹੀ ਹੈ, ਸੀਸ ਆਸਣ ਕਰ ਰਹੀ ਹੈ, ਅਤੇ ਮੈਨੂੰ ਤਾਂ ਹੈਰਾਨੀ ਹੋਈ ਕਿ ਉਹਦੀ ਜਦੋਂ ਵੀਡੀਓ ਬਣੀ, ਸਭ ਕੁਝ ਬਣਿਆ, ਉਦੋਂ ਬਾਅਦ ਉਹਨੇ ਜਾ ਕੇ ਆਪਣੇ ਯੂਟਿਊਬ ਚੈਨਲ 'ਤੇ ਪਾਇਆ ਜਿੱਥੋਂ ਮੈਂ ਦੇਖਿਆ, ਉਦੋਂ ਬਾਅਦ ਜਿਹੜੀ ਗੱਲ ਮੇਰੇ ਗੇਟ 'ਚ ਨਹੀਂ ਆਈ ਕਿ ਇੰਨੀ ਫੌਜ ਰੱਖੀ ਹੋਈ ਹੈ ਸੇਵਾਦਾਰਾਂ ਦੀ, ਉਹ ਕਿੱਥੇ ਗਏ? ਉਹ ਕਿਉਂ ਨਹੀਂ ਉਹਨਾਂ ਨੇ ਰੋਕਿਆ? ਕੀ ਉਹ ਡਿਊਟੀ 'ਚ ਨਹੀਂ ਸੀ? ਪ੍ਰਕਰਮਾ ਦੀ ਗੱਲ ਹੈ, ਵੈਸੇ ਤਾਂ ਫੋਟੋਗ੍ਰਾਫੀ ਮਨਾ ਹੈ, ਪ੍ਰਕਰਮਾ ਦੇ ਵਿੱਚ ਫੋਟੋਗ੍ਰਾਫੀ ਨਹੀਂ ਕਰ ਸਕਦੇ, ਮਨਾ ਕੀਤੀ ਹੋਈ ਹੈ, ਲੇਕਿਨ ਉੱਥੇ ਤਾਂ ਵੀਡੀਓ ਬਣ ਰਹੀ ਹੈ, ਉਹ ਵੀ ਸੀਸ ਆਸਣ ਦੀ। ਬਾਕੀ ਛੱਡੋ, ਤੁਸੀਂ ਜਿਹੜਾ ਆਸਣ ਸਭ ਤੋਂ ਔਖਾ, ਤੁਸੀਂ ਇਹ ਫੋਟੋ ਦੇਖੋਗੇ ਜਿਹੜੀ ਉੱਥੇ ਥੰਬਨੇਲ 'ਚ ਪਾਈ ਹੈ, ਅਤੇ ਤੁਸੀਂ ਦੇਖ ਰਹੇ ਹੋ ਕਿ ਤਾਂ ਪੁੱਠੇ ਹੋ ਕੇ ਖੜ੍ਹੀ ਹੈ, ਅਤੇ ਫਿਰ ਲਿਖਦੀ ਹੈ, ਫਿਰ ਕਹਿੰਦੀ ਹੈ ਵਾਹਿਗੁਰੂ ਜੀ ਦਾ ਧੰਨਵਾਦ ਕਰਦੀ ਹੈ ਕਿ ਮੈਂ ਆਪਦਾ ਯੋਗਾ ਤਿੱਥੋਂ, ਇਹ ਤੁਹਾਡੀ ਥਾਂ ਤੋਂ ਮੈਂ ਜਿਹੜੇ ਹੈ ਦੁਨੀਆਂ 'ਚ ਫੈਲਾ ਰਹੀ ਹੈ, ਇਸ ਤਰ੍ਹਾਂ ਦੀਆਂ ਗੱਲਾਂ ਕਰਦੀ ਹੈ। ਹੁਣ ਜਦੋਂ ਰੌਲਾ ਪੈ ਗਿਆ, ਫਿਰ SGPC ਉੱਠੀ, ਅਕਸਰ SGPC ਉਦੋਂ ਉੱਠਦੀ ਹੈ, ਵੈਸਾ ਨਹੀਂ ਕੰਮ ਕਰਦੇ SGPC 'ਤੇ। ਮੈਂ ਹੁਣ ਕਿਹਾ ਸੇਵਾਦਾਰ ਕਿੱਥੇ ਸੀ? ਕਹਿੰਦੇ ਜੀ ਅਸੀਂ ਸੇਵਾਦਾਰ ਦਾ ਐਕਸ਼ਨ ਲੈ ਲਿਆ, ਇੱਕ ਨੂੰ ਜੀ 5,000 ਜੁਰਮਾਨਾ ਕਰਤਾ,
ਇੱਕ ਨੂੰ ਜੇ ਅਸੀਂ ਲੰਗਰ 'ਚ ਬਦਲ ਤਾਂ ਮਤਲਬ ਇਹ ਸਜ਼ਾ ਸੇਵਾਦਾਰਾਂ ਦੀ, ਉਹ ਲੰਗਰ 'ਚ ਕੁਛ ਹੋਜੂ, ਜੇ ਉਹ ਪ੍ਰਕਰਮਾਂ 'ਚ ਨਹੀਂ ਕਰ ਸਕਦਾ ਉੱਥੇ ਕੀ ਕਰਨ ਉਹ। ਇਹ ਵੈਸੇ ਸੇਵਾਦਾਰ ਜਿਹੜੇ ਨੇ ਨਾ ਉਹਨਾਂ ਦਾ ਕੋਈ ਕਸੂਰ ਨਹੀਂ, ਉਹ ਭਰਤੀ ਇਸ ਤਰ੍ਹਾਂ ਹੁੰਦੇ ਨੇ। ਹਰਚਰਨ ਸਿੰਘ ਸੀ ਚੀਫ ਸੈਕਟਰੀ ਐਸ ਜੀ ਪੀ ਸੀ ਦੇ, ਇੱਕ ਵਾਰ ਮੈਂ ਇੰਟਰਵਿਊ ਕੀਤਾ, ਕਹਿੰਦੇ ਮੈਂ ਜਦੋਂ ਚੀਫ ਸੈਕਟਰੀ ਸੀ ਉਦੋਂ ਮੱਕੜ ਸਾਹਿਬ ਹੁੰਦੇ ਸੀ ਪ੍ਰਧਾਨ, ਕਹਿੰਦੇ ਬਹੁਤ ਸਾਰੇ ਬੰਦੇ ਗਏ ਮੱਕੜ ਸਾਹਿਬ ਕੋਲ ਐਸ ਜੀ ਪੀ ਸੀ ਦੇ ਮੈਂਬਰ, ਵੀ ਸਾਡੇ ਬੰਦੇ ਤਾਂ ਭਰਤੀ ਕਰੋ ਇੰਨੇ ਚਿਰ ਹੋ ਗਿਆ। ਉਹ ਕਹਿੰਦਾ ਵੀ ਐਂ ਕਰੋ ਐਗਜੈਕਟਿਵ ਮੈਂਬਰ ਦੋ ਦੋ ਦੇ ਦਿਉ, ਬਾਕੀ ਇੱਕ ਇੱਕ ਦੇ ਦਿਉ। ਕਹਿੰਦੇ ਮੈਂ ਉਹਨਾਂ ਨੂੰ ਕਿਹਾ ਕਿ ਇਹਨਾਂ ਦੀ ਕੀ ਵਰਕਲੋਡ ਕਿੱਥੇ ਹੈ, ਕਿਵੇਂ ਕਰ ਰੱਖਿਆ, ਕਿਹੜਾ ਬੋਇਆ ਪਛਦਾ ਵਰਕਲੋਡ, ਤੁਸੀਂ ਬੰਦੇ ਲਿਆਓ, ਇਹੋ ਜਿਹੇ ਤਾਂ ਬੰਦੇ ਭਰਤੀ ਕੀਤੇ ਹੁੰਦੇ ਨੇ। ਇੱਕ ਵਾਰੀ ਮੈਂ ਪੁੱਛਿਆ ਉੱਥੇ ਅਕਾਲ ਤਖ਼ਤ ਸਾਹਿਬ ਦੇ ਨਾਲ ਜੀ ਇੱਕ ਸੇਵਾਦਾਰ ਨੂੰ, ਮੈਂ ਕਿਹਾ ਬਈ ਜਸਟ ਇਹ ਦੇਖਣ ਲਈ ਵੀ ਉਹ ਕੈਂਪਸ ਬਾਰੇ ਕਿੰਨਾ ਜਾਣਦਾ, ਮੈਂ ਕਿਹਾ ਇੱਥੇ ਨਵਾਬ ਕਪੂਰ ਸਿੰਘ, ਨਵਾਬ ਜੱਸਾ ਸਿੰਘ ਆਹਲੂਵਾਲੀਆ ਦੀ ਸਮਾਧ ਕਿੱਥੇ ਹੈ। ਉਹ ਕਹਿੰਦਾ ਜੀ ਮੈਨੂੰ ਤਾਂ ਨਹੀਂ ਪਤਾ। ਉਹਨੇ ਨਾਲ ਦੇ ਨੂੰ ਪੁੱਛਿਆ, ਉਹਨੂੰ ਵੀ ਨਹੀਂ ਪਤਾ ਸੀ, ਇਹ ਸੇਵਾਦਾਰਾਂ ਦੀ ਡਿਊਟੀ ਹੈ ਉੱਥੇ। ਖੈਰ ਉਹਨਾਂ ਨੂੰ ਜੀ ਕਹਿੰਦੇ ਅਸੀਂ ਜੁਰਮਾਨਾ ਕਰਤਾ, ਲੰਗਰ 'ਚ ਬਦਲਤਾ। ਫਿਰ ਧਾਮੀ ਸਾਹਿਬ ਕਹਿੰਦੇ ਇਹ ਕੁੜੀ ਜਿਹੜੀ ਹੈ ਨਾ, ਬਹੁਤ ਸਾਰੇ ਲੋਕ ਐਸੇ ਨੇ, ਧਾਮੀ ਸਾਹਿਬ ਦੀ ਸਟੇਟਮੈਂਟ ਦੱਸ ਰਹੇ ਹੈ, ਉਹ ਕਹਿੰਦੇ ਕੁਝ ਲੋਕ ਜਾਣ ਬੁੱਝ ਕੇ ਇਸ ਪਵਿੱਤਰ ਥਾਂ ਦੀ ਪਵਿੱਤਰਤਾ ਅਤੇ ਇਤਿਹਾਸਿਕ ਮਹੱਤਤਾ ਨੂੰ ਨਜ਼ਰਅੰਦਾਜ਼ ਕਰਦੇ ਨੇ ਅਤੇ ਫਿਰ ਇਹੋ ਜਿਹੀਆਂ ਹਰਕਤਾਂ ਕਰਦੇ ਨੇ ਜਿਨ੍ਹਾਂ ਨਾਲ ਕੌਮ ਦੀ ਭਾਵਨਾਵਾਂ ਨੂੰ ਸੱਟ ਲੱਗਦੀ ਹੈ, ਠੇਸ ਪਹੁੰਚਦੀ ਹੈ, ਹੁਣ ਵੀ ਕਹਿੰਦੇ ਠੇਸ ਪਹੁੰਚੀ ਹੈ। ਅਤੇ ਇਸ ਕਰਕੇ ਉਹਨਾਂ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਜਾ ਕੇ ਸ਼ਿਕਾਇਤ ਕੀਤੀ ਅਤੇ ਵੀ ਇਹ ਹੋ ਰਿਹਾ। ਜਦੋਂ ਕੁੜੀ ਨੂੰ ਪਤਾ ਲੱਗਿਆ, ਇਹਦਾ ਨਾਂ ਹੈ ਅਰਚਨਾ ਮਗਵਾਨਾ, ਅਤੇ ਉਹਨੇ ਮਾਫੀ ਪਾਤੀ। ਮਤਲਬ ਜਿਹੜੇ ਯੂਟਿਊਬਰ ਨੇ, ਇੱਥੇ ਮੈਨੂੰ ਸਾਜਿਸ਼ ਲੱਗਦੀ ਹੈ ਸਾਰੀ ਖੇਡ ਦੀ। ਉਹਨੂੰ ਪਤਾ ਸੀ ਵੀ ਕੀ ਹੋਣਾ ਹੈ, ਮੈਂ ਪਾਪੂਲਰ ਹੋਣਾ ਹੈ, ਉਹਨੇ ਆਪਦੇ ਲਾਈਕਸ ਲੈਣੇ ਸੀ, ਸਬਸਕ੍ਰਾਈਬਰ ਲੈਣੇ ਸੀ, ਕੋਈ ਵੀ ਘਟੀਆ ਹਰਕਤ ਕਰ ਸਕਦੇ ਹੁੰਦੇ ਨੇ। ਆਪਾਂ ਦੇਖਦੇ ਨਹੀਂ ਅੱਜ ਜਿਹੜਾ ਕੁਛ ਚੱਲਦਾ, ਅੱਜ ਕੱਲ੍ਹ ਰੀਲ ਬਣਾਉਣ ਲਈ ਕਿਵੇਂ ਲੋਕ ਤਾਂ ਵੀ ਜਾਨ ਦਾਅ 'ਤੇ ਲਾ ਦਿੰਦੇ ਨੇ, ਪਿੱਛੇ ਜੇ ਕੁੜੀ ਬੈਕ ਕਰਦੀ ਪਹਾੜ 'ਚ ਡਿੱਗ ਪਈ, ਮਤਲਬ ਰੀਲ ਬਣਾਉਂਦੀ ਬਣਾਉਂਦੀ ਪਤਾ ਹੀ ਨਹੀਂ ਲੱਗਿਆ, ਮਤਲਬ ਐਕਸੀਡੈਂਟ 'ਤੇ ਪੈਰ ਦੱਬਿਆ ਗਿਆ। ਤੋ ਇਸ ਤਰ੍ਹਾਂ ਤਾਂ ਬੜੇ ਰਿਸਕ ਲੈ ਲੈਂਦੇ ਨੇ, ਇਹ ਤਾਂ ਪਰਵਾਹ ਨਹੀਂ ਕਰਦੇ ਦੂਜੀ ਕਮਿਊਨਿਟੀ। ਉਹਨੂੰ ਜਦੋਂ ਪਤਾ ਲੱਗਿਆ ਵੀ ਹਰਿਮੰਦਰ ਸਾਹਿਬ ਇੰਨੀ ਦੁਨੀਆ ਇੱਥੇ ਕੀਰਤਨ ਸੁਣਦੀ ਹੈ, ਇਹਦਾ ਕਰੀਏ ਆਪਾਂ, ਅਤੇ ਕੀ ਜੇ ਪੰਜਾਬ 'ਚ ਰਹਿੰਦੀ, ਉਹਨੂੰ ਪਤਾ ਨਹੀਂ ਵੀ ਇੱਥੇ ਧਾਰਮਿਕ ਸਥਾਨਾਂ 'ਤੇ ਜਿਹੜਾ ਇਸ ਤਰ੍ਹਾਂ ਦੀ ਹਰਕਤ ਠੀਕ ਨਹੀਂ। ਉਹਨੂੰ ਜੇ ਮੰਨ ਲਓ ਵੀ ਉਹਨੂੰ ਨਹੀਂ ਪਤਾ, ਐਸ ਜੀ ਪੀ ਸੀ ਕਰਦੀ ਹੈ ਜੀ, ਐਸ ਜੀ ਪੀ ਸੀ ਉਹਨਾਂ ਨਾ ਇਹ ਦੱਸ ਸਕੀ ਵੀ ਕਿਸੇ 'ਚ ਕੱਪੜੇ ਪਾ ਕੇ ਆਉਣਾ। ਫਿਰ ਹਰ ਰੋਜ਼ ਲੜਾਈ ਹੁੰਦੀ ਹੈ ਵੀ ਤੂੰ ਆਹ ਪਾ ਕੇ ਚੱਲੀ ਆ ਕੁੜੀ, ਇੱਥੇ ਤੂੰ ਜੀਰ ਪਾ ਕੇ ਨਹੀਂ ਜਾ ਸਕਦੀ, ਤੂੰ ਇਹ ਨਹੀਂ ਕਰ ਸਕਦੀ। ਉਦੋਂ ਅਸੀਂ ਕਿਹਾ ਸੀ ਘੱਟੋ ਘੱਟ ਇਹ ਤਾਂ ਦੱਸ ਦਿਉ, ਰਸਤਿਆਂ 'ਤੇ ਲਾ ਦਿਉ, ਬੰਦਿਆਂ ਨੂੰ ਦੱਸ ਦਿਉ, ਇਹਨਾਂ ਨੂੰ ਐਜੂਕੇਟ ਕਰ ਦਿਉ ਵੀ ਇੱਥੇ ਕੀ ਬਣਾ, ਕੀ ਨਹੀਂ ਬਣਾ। ਉੱਥੇ ਲਿਖਿਆ ਨਹੀਂ ਹੋਇਆ ਫੋਟੋਗ੍ਰਾਫੀ ਬਣਾ, ਉੱਥੇ ਸੇਵਾਦਾਰ ਕੀ ਕਰਦੇ ਨੇ ਉਹਨਾਂ ਦੇ। ਉਹ ਕੁੜੀ ਨੇ ਕੀ ਕੀਤਾ ਜਦੋਂ ਉਹਦੀ ਸ਼ਿਕਾਇਤ ਹੋਈ, ਉਹਨੇ ਉੱਥੇ ਹੀ ਜਿੱਥੇ ਫੋਟੋਆਂ ਪਾਈਆਂ ਨੇ ਉੱਥੇ ਮਾਫੀ ਪਾ ਦਿੱਤੀ, ਫੋਟੋਆਂ ਨਹੀਂ ਉਤਾਰੀਆਂ ਉਹਨੇ, ਉਵੇਂ ਚੱਲ ਰਹੀਆਂ ਨੇ, ਇੱਕ ਮਾਫੀ ਵੀ ਪਾਤੀ, ਕੋਈ ਫਰਕ ਪੈਂਦਾ ਅਗਲੇ ਨੂੰ। ਉਹਨੇ ਲਿਖਿਆ ਨਮਸਤੇ ਐਵਰੀਵਨ, ਉੱਥੇ ਨਮਸਤੇ ਕਰ ਰਹੀ ਹੈ, ਨਮਸਤੇ ਕਰਕੇ ਫਿਰ ਉਹ ਆਈ ਰੀਸੈਂਟਲੀ ਪੋਸਟਡ ਸਮਥਿੰਗ ਵਿਦਆਊਟ ਇੰਟੈਂਡਿੰਗ ਟੂ ਹਾਰਮ ਐਨੀ ਵਨ ਰਿਲੀਜੀਅਸ ਸੈਂਟੀਮੈਂਟਸ, ਆਈ ਵਾਜ਼ ਅਨਅਵੇਅਰ ਦੈਟ
ਪ੍ਰੈਕਟਿਸਿੰਗ ਯੋਗਾ ਇਨ ਦੀ ਗੁਰਦੁਆਰਾ ਸਾਹਿਬ ਕੁਡ ਬੀ ਓਫੈਂਸਿਵ ਟੂ ਸਮ ਐਜ਼ ਆਈ ਵਾਜ ਜਸਟ ਪੇਇੰਗ ਦੀ ਰਿਸਪੈਕਟ ਟੂ ਹਿਮ ਐਂਡ ਡਿਡ ਨੋਟ ਮੀਨ ਐਨੀ ਹਾਰਮ ਟੂ ਐਨੀ ਵਨ ਇਹ ਕਹਿ ਰਹੀ ਹੈ ਬੀਬੀ ਕਮਾਲ ਹੈ ਵੀ ਮਤਲਬ ਤੁਸੀਂ ਇੱਥੇ ਰਹਿਣਾ ਫਿਰ ਕਹਿ ਰਹੀ ਅੱਗੇ ਜਾ ਕੇ ਇਹ ਨਹੀਂ ਐਨ ਪੂਰਾ ਉਹਨੇ ਵਧੀਆ ਬਣਾ ਕੇ ਮਾਫੀ ਆਈ ਸਿੰਸੀਅਰਲੀ ਅਪੋਲੋਜਾਈਜ਼ ਫਾਰ ਦੀ ਫਾਰ ਐਨੀ ਹਰਟ ਆਈ ਮੇ ਹੈਵ ਕੋਜ਼ਡ ਐਂਡ ਪ੍ਰੋਮਿਸ ਟੂ ਬੀ ਮੋਰ ਮਾਈਂਡਫੁੱਲ ਇਨ ਦਾ ਫਿਊਚਰ ਪਲੀਜ਼ ਅਕਸੈਪਟ ਮਾਈ ਸਿੰਸੀਅਰ ਅਪੋਲੋਜਾਈਜ਼ ਥੈਂਕਸ ਫਾਰ ਯੋਰ ਅੰਡਰਸਟੈਂਡਿੰਗ ਇਹ ਵੀ ਉਹਨੇ ਕਹਾ ਕਹੀ ਹੈ ਬਈ ਅਸੀਂ ਤਾਂ ਅੰਡਰਸਟੈਂਡ ਕੀਤਾ ਨਹੀਂ ਸਾਨੂੰ ਤਾਂ ਲੱਗਦਾ ਕਿ ਸਾਜਿਸ਼ ਹੈ ਕੋਈ ਤੈਨੂੰ ਕਿਸੇ ਨੇ ਕਰਾਇਆ ਕਿਸੇ ਨੇ ਕਿਹਾ ਕਿਸੇ ਬੰਦੇ ਨੇ ਨਹੀਂ ਇਹ ਕਿਵੇਂ ਹੋ ਸਕਦਾ ਜਿਹੜਾ ਬੰਦਾ ਪੰਜਾਬ 'ਚ ਰਹੇ ਜਿਹਨੂੰ ਇਹ ਪਤਾ ਵੀ ਹਰਿਮੰਦਰ ਸਾਹਿਬ ਪਵਿੱਤਰ ਜਗ੍ਹਾ ਜਿਹਨੂੰ ਇਹ ਪਤਾ ਵੀ ਹਰਿਮੰਦਰ ਸਾਹਿਬ 'ਚ ਜਾ ਕੇ ਮੈਂ ਜ਼ਿਆਦਾ ਲੋਕਾਂ ਤੱਕ ਜਾ ਸਕਦੀ ਹਾਂ ਉਹਨੂੰ ਇਹ ਨਹੀਂ ਪਤਾ ਹਰਿਮੰਦਰ ਸਾਹਿਬ ਦੀ ਕੀ ਹਿਸਟਰੀ ਹੈ ਇਹਦੀ ਕੀ ਮਾਨ ਮਰਿਆਦਾ ਉਹਨੂੰ ਪਤਾ ਹੋਊਗਾ ਇਹ ਨਹੀਂ ਹੋ ਸਕਦਾ ਹੋਰ ਬੜੇ ਰਿਲੀਜੀਅਸ ਪਲੇਸ ਨੇ ਉੱਥੇ ਨਹੀਂ ਜਾ ਕੇ ਗੱਲ ਹੋਈ ਇੱਥੇ ਕਿਉਂ ਹੋਈ ਦੋ ਸਵਾਲ ਉੱਠਦੇ ਨੇ ਇੱਕ ਤਾਂ ਇਹ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਜਿੰਨੀਆਂ ਵੀ ਹੋਈਆਂ ਨੇ ਹੁਣ ਤਾਂ ਕਦੇ ਕੋਈ ਕੈਲੰਡਰ ਛਪ ਜਾਂਦਾ ਕਦੇ ਕੋਈ ਵਾਸ਼ਰੂਮ ਦੇ ਵਰਤੋਂ ਵਾਲੀਆਂ ਚੀਜ਼ਾਂ 'ਤੇ ਫੋਟੋਆਂ ਛਪ ਜਾਂਦੀਆਂ ਨੇ ਕਦੇ ਵੀਡੀਓ ਤੱਕ ਦੀਆਂ ਫੋਟੋਆਂ ਛਪੀਆਂ ਮੈਂ ਦੇਖੀਆਂ ਨੇ ਖਬਰਾਂ ਲਈਆਂ ਨੇ ਇਸ ਤਰ੍ਹਾਂ ਦੀਆਂ ਹਰਕਤਾਂ ਇਕੱਲੇ ਸਿੱਖ ਧਰਮ ਦੇ ਨਾਲ ਹੀ ਕਿਉਂ ਹੁੰਦੀਆਂ ਨੇ ਬਾਕੀਆਂ ਨਾਲ ਕਿਉਂ ਨਹੀਂ ਹੁੰਦੀਆਂ ਕੀ ਇਹਦੇ ਪਿੱਛੇ ਕੋਈ ਸਾਜਿਸ਼ ਹੈ ਇਹ ਐੱਸ ਜੀ ਪੀ ਸੀ ਕਰਦੀ ਕੀ ਇੰਨਾ ਬਜਟ ਜਦੋਂ ਪ੍ਰਚਾਰ ਲਈ ਦਿੱਤਾ ਇੰਨਾ ਪ੍ਰਚਾਰ ਨਹੀਂ ਹੋ ਸਕਦਾ ਵੀ ਸਾਡੀ ਮਾਨ ਮਰਿਆਦਾ ਕੀ ਹੈ ਇਹੀ ਤਾਂ ਰੌਲਾ ਹੈ ਕਿ ਅਸੀਂ ਦੱਸਣ 'ਚ ਕਿਉਂ ਨਹੀਂ ਕਾਮਯਾਬ ਹੋਏ ਵੀ ਧਰਮ ਸਾਡਾ ਕਿਹੋ ਜਿਹਾ ਹੈ ਇੱਥੇ ਅਸੀਂ ਕੀ ਚਾਹੁੰਦੇ ਹਾਂ ਕੀ ਕਰਦੇ ਹਾਂ ਕੀ ਨਹੀਂ ਕਰਦੇ ਤੁਸੀਂ ਗੇਟ 'ਤੇ ਐਡੇ ਐਡੇ ਬੰਦੇ ਲਾਏ ਨੇ ਇੱਥੇ ਇੰਡੀਆ ਉੱਥੇ ਨੇ ਉੱਥੇ ਤੁਸੀਂ ਉੱਥੇ ਟੋਟਲ ਮਾਨ ਮਰਿਆਦਾ ਕਿੰਨੀ ਕੁ ਔਖੀ ਗੱਲ ਹੈ ਇਹ ਦੱਸਣਾ ਕਿ ਜੀ ਉੱਥੇ ਫੋਟੋਗ੍ਰਾਫੀ ਮਨਾ ਉੱਥੇ ਵੀਡੀਓਗ੍ਰਾਫੀ ਮਨਾ ਕਿੰਨੀ ਕੁ ਔਖੀ ਗੱਲ ਹੈ ਬਹੁਤ ਥਾਵਾਂ 'ਤੇ ਹੁੰਦੀ ਹੈ ਕਿ ਤੁਸੀਂ ਇੱਥੇ ਵੀਡੀਓਗ੍ਰਾਫੀ ਨਹੀਂ ਕਰ ਸਕਦੇ ਇੱਕ ਸਵਾਲ ਐੱਸ ਜੀ ਪੀ 'ਤੇ ਉੱਠਦਾ ਦੂਜਾ ਸਵਾਲ ਇਸ ਤਰ੍ਹਾਂ ਦੀਆਂ ਕੁੜੀਆਂ ਜਾਂ ਉਹ ਜਿਹੜੇ ਯੂਟਿਊਬਰ ਜਾਂ ਮੀਡੀਆ ਇਨਫਲੂਐਂਸਰ ਜਿਹੜੇ ਇਸ ਤਰ੍ਹਾਂ ਦੇ ਕੰਮ ਕਰਕੇ ਉਹਨਾਂ ਦੇ ਉੱਠਦਾ ਤੀਜਾ ਸ਼ੱਕ ਹੁੰਦਾ ਕਿ ਕਿਤੇ ਕੋਈ ਸਾਜਿਸ਼ ਤਾਂ ਨਹੀਂ ਇਹ ਇਸ ਤਰ੍ਹਾਂ ਹੌਲੀ ਹੌਲੀ ਰੌਲਾ ਪਾਓ ਬਾਅਦ 'ਚ ਮਾਫ਼ੀ ਮੰਗ ਲਓ ਕੀ ਫਰਕ ਪੈਂਦਾ ਤਾਂ ਇਹ ਸਾਰੀਆਂ ਗੱਲਾਂ 'ਤੇ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਭਵਿੱਖ ਦੇ ਵਿੱਚ ਇਹੋ ਜਿਹੀਆਂ ਗੱਲਾਂ ਤੋਂ ਬਚਿਆ ਜਾ ਸਕੇ ਅੱਜ ਇੰਨਾ ਹੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ